ਡੇਲੀ ਪੋਸਟ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ। ਬਠਿੰਡਾ ਵਿੱਚ ਇੱਕ ਗੁਆਂਢਣ ਨੇ ਨਿੱਜੀ ਰੰਜਿਸ਼ ਦੇ ਚੱਲਦਿਆਂ ਆਪਣੇ ਗੁਆਂਢੀ ਦੇ ਦੋ ਮਾਸੂਮ ਬੱਚੇ ਅਗਵਾ ਕਰ ਲਏ। ਹੈਰਾਨੀ ਦੀ ਗੱਲ ਇਹ ਰਹੀ ਕਿ ਇਹੀ ਔਰਤ ਆਪਣੇ ਪੀੜਤ ਗੁਆਂਢੀ ਦੇ ਨਾਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਵੀ ਚਲੀ ਗਈ। ਵਿਖਾਉਂਦੇ ਹਾਂ ਕੀ ਹੈ ਪੂਰਾ ਮਾਮਲਾ। ਇਹ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਦੇ ਬਾਬਾ ਫਰੀਦ ਨਗਰ ਤੋਂ, ਜਿੱਥੇ ਗਵਾਂਢੀਆਂ ਦੀ ਆਪਸੀ ਰੰਜਿਸ਼ ਦੇ ਚੱਲਦੇ ਇਸ ਗਵਾਂਢਣ ਨੇ ਜੋ ਕੀਤਾ ਉਹ ਸ਼ਾਇਦ ਦੁਸ਼ਮਣ ਵੀ ਕਰਨ ਤੋਂ ਪਹਿਲਾਂ 100 ਵਾਰ ਸੋਚੇ। ਜਿੱਥੇ ਆ ਸਾਹਮਣੇ ਤਸਵੀਰਾਂ 'ਚ ਆਪਣੇ ਪਿਓ ਦੀ ਗੋਦੀ 'ਚ ਬੈਠੇ ਛੋਟੇ ਛੋਟੇ ਜਿਹੇ ਦੋ ਬੱਚੇ ਨੇ। ਮਾਫ਼ ਕਰਨਾ, ਬੱਚਿਆਂ ਦੀਆਂ ਤਸਵੀਰਾਂ ਛੋਟੇ ਹੋਣ ਦੀ ਵਜ੍ਹਾ ਨਾਲ ਤੁਹਾਨੂੰ ਬਿਨਾਂ ਬਲਰ ਨਹੀਂ ਦਿਖਾਵਾਂਗੇ, ਪਰ ਇਸ ਤਸਵੀਰਾਂ 'ਚ ਨਜ਼ਰ ਆ ਰਹੀ ਗਵਾਂਢਣ ਨੇ ਆਪਣੇ ਸਾਥੀ ਨਾਲ ਮਿਲ ਕੇ ਇਹਨਾਂ ਬੱਚਿਆਂ ਨੂੰ ਹੀ ਕਿਡਨੈਪ ਕਰ ਲਿਆ। ਸਿਰਫ ਇਸ ਪਿੱਛੇ ਕਿ ਕਿਰਾਏ ਤੇ ਰਹਿੰਦੇ ਇਸ ਪਰਿਵਾਰ ਨਾਲ ਗਵਾਂਢਣ ਦਾ ਗੇਟ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ, ਤੇ ਜਦੋਂ ਇਹ ਬੱਚੇ ਗਾਇਬ ਹੋਏ ਤਾਂ ਮਾਮਲਾ ਪੁਲਿਸ ਕੋਲ ਪਹੁੰਚਿਆ। ਹੱਦ ਤਾਂ ਇੱਥੇ ਇਹ ਹੈ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਵੀ ਆਪਣੇ ਗਵਾਂਢੀਆਂ ਦੇ ਨਾਲ ਇਹ ਮੁਲਜ਼ਮ ਗਵਾਂਢਣ ਵੀ ਪਹੁੰਚ ਗਈ, ਜਿਸ ਨੇ ਖੁਦ ਬੱਚੇ ਕਿਡਨੈਪ ਕੀਤੇ ਸੀ। ਤੇ ਪੁਲਿਸ ਨੇ ਜਦੋਂ ਮਾਮਲਾ ਟਰੇਸ ਕੀਤਾ ਤਾਂ ਖੈਰ ਰਹੀ ਕਿ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਬੱਚਿਆਂ ਨੂੰ ਵੀ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ। ਮਾਮਲਾ ਹੈ ਜੀ, ਇੱਕ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 17/2 ਦੇ ਵਿੱਚ ਇੱਕ ਊਸ਼ਾ ਨਾਂ ਦੀ ਲੇਡੀ ਦਾ ਮਕਾਨ ਹੈ। ਉੱਥੇ ਇੱਕੋ ਘਰ ਦੇ ਵਿੱਚ, ਘਰ ਦਾ ਇੱਕੋ ਹੀ ਗੇਟ ਆ, ਉੱਥੇ ਦੋ ਕਿਰਾਏਦਾਰ ਪ੍ਰਵਾਸੀ ਰਹਿ ਰਹੇ ਨੇ। ਤਾਂ ਪਰਸੋਂ ਇਹਨਾਂ ਦਾ ਆਪਸ ਵਿੱਚ ਰਾਤ ਨੂੰ ਗੇਟ ਲਾਉਣ ਕਰਕੇ ਪਹਿਲਾਂ ਵੀ ਝਗੜਾ ਹੋਇਆ, ਗੇਟ ਵੱਡਾ ਗੇਟ ਜਿਹੜਾ ਲਾਉਣ ਵਾਸਤੇ। ਪਰਸੋਂ ਇਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਗੇਟ ਬੰਦ ਕਰਨ ਪਿੱਛੇ। ਤਾਂ ਇਹ ਲੇਡੀ ਇਸ ਗੱਲ ਦੀ ਰੰਜ ਰੱਖਦੀ ਸੀ, ਇਹਦੇ ਨਾਲ ਸ਼ਬਨਮ ਜਿਹੜੀ ਹੈਗੀ ਲੇਡੀ ਹੈ ਰੰਜ ਰੱਖਦੀ ਸੀ। ਉਹਨੇ ਪਲੈਨ ਬਣਾ ਕੇ ਇਹ ਜਿਹੜੀ ਮੁਹੰਮਦ ਨਾਜ਼ਮ ਹੈਗਾ ਉਹਦੀ ਅਤੇ ਉਹਦੀ ਵਾਈਫ ਦਾ ਨਾਂ ਵੀ ਸ਼ਬਨਮ ਪ੍ਰਵੀਨ ਹੈ, ਉਹਨਾਂ ਦੋਨਾਂ ਦੇ ਤਿੰਨ ਬੱਚੇ ਨੇ। ਦੋ ਬੱਚਿਆਂ ਨੂੰ ਛੋਟੇ ਛੋਟਿਆਂ ਨੂੰ ਇਸ ਨੇ ਲੇਡੀ ਨੇ ਆਪਦੀ ਸਕੂਟੀ 'ਤੇ ਸਮੇਤ ਇੱਕ ਕਾਕਾ ਸਿੰਘ ਪੁੱਤਰ ਗੋਲੂ ਸਿੰਘ ਵਾਸੀ ਜੱਸੀ ਪਾਓਵਾਲੀ ਦੇ ਨਾਲ ਮਿਲ ਕੇ ਸ਼ਬਨਮ ਪਤਨੀ ਸਤੀਸ਼ ਕੁਮਾਰ ਨੇ, ਜੋ ਇਹਨਾਂ ਦੇ ਨਾਲ ਰਹਿੰਦੀ ਹੈ, ਉਸ ਨੇ ਦੋਨਾਂ ਬੱਚਿਆਂ ਨੂੰ ਅਗਵਾ ਕਰਕੇ ਸਕੂਟੀ 'ਤੇ ਅਤੇ ਇਸੇ ਆਪਦੀ ਰੰਜਿਸ਼ ਕਰਕੇ ਵੀ ਮੇਰੇ ਨਾਲ ਝਗੜਾ ਹੋਇਆ ਰਾਤ ਨੂੰ 1 ਵਜੇ ਪਰਸੋਂ, ਅਤੇ ਬੱਚਿਆਂ ਨੂੰ ਮਾਰ ਦੇਣ ਦੀ ਨੀਅਤ ਨਾਲ ਜਿਹੜਾ ਹੈਗਾ, ਅਤੇ ਕੋਈ ਹੋਰ ਆਪਦੀ ਮੰਤਵ ਨਾਲ ਜਿਹੜਾ ਬੱਚਿਆਂ ਨੂੰ ਅਗਵਾ ਕਰ ਲਿਆ ਸੀਗਾ। ਤਾਂ ਅਸੀਂ ਇਹਦੇ ਸੰਬੰਧੀ ਥਾਣਾ ਕੈਂਟ ਵਿੱਚ ਮੁਕੱਦਮਾ ਦਰਜ ਕੀਤਾ ਹੈ। ਮੁਕੱਦਮਾ ਦਰਜ ਕਰਕੇ ਅਸੀਂ ਤੁਰੰਤ ਪੁਲਿਸ ਨੇ ਆਪਦੀ ਮੁਸਤੈਦੀ ਨਾਲ ਜਿਹੜੀ ਹਰਕਤ ਚਾ ਕੇ ਅਤੇ ਇਸ ਲੇਡੀ ਨੂੰ ਸਮੇਤ ਉਸ ਕਾਕਾ ਸਿੰਘ ਦੇ ਮਹਿਣਾ ਚੌਂਕ ਦੇ ਨੇੜੇ ਉੱਥੇ ਕਮਰੇ ਦੇ ਵਿੱਚੋਂ ਜਿਹੜਾ ਹੈਗਾ ਦੋਨੋਂ ਬੱਚਿਆਂ ਨੂੰ ਅਸੀਂ ਜਿਹੜਾ ਹੈਗਾ ਉਹ ਬਰਾਮਦ ਕਰ ਲਿਆ। ਅਗਵਾ ਕੀਤੇ ਬੱਚਿਆਂ ਨੂੰ ਬਰਾਮਦ ਕਰਵਾਉਣ ਲਈ ਪੁਲਿਸ ਨੂੰ ਕਾਫੀ ਮੁਸ਼ਕਤ ਕਰਨੀ ਪਈ, ਪਰ ਹੁਣ ਸਭ ਕੁਝ ਠੀਕ ਹੋ ਗਿਆ ਤੇ ਪੁਲਿਸ ਨੇ ਆਰੋਪੀ ਔਰਤ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਇਸ ਗੱਲ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਅਗਵਾ ਕਰਨ ਤੋਂ ਬਾਅਦ ਇਸ ਔਰਤ ਨੇ ਇਹਨਾਂ ਬੱਚਿਆਂ ਨਾਲ ਕਰਨਾ ਕੀ ਸੀ। ਕੈਮਰਾਮੈਨ ਸੁਖਮੰਦਰ ਸਿੰਘ ਦੇ ਨਾਲ ਧਰਮਚੰਦਰ, ਡੇਲੀ ਪੋਸਟ ਪੰਜਾਬੀ, ਬਠਿੰਡਾ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।